ਪਾਓ ਕਤੀੜ ਦੇ ਸੰਗਲ, ਕਿੱਥੋਂ ਬੱਗ ਬੰਨਿਆ, ਕਣਕ ਸਸਤੀ ਆ ਪਹਿਲਾਂ, ਮੇਰਾ ਹੋਰ ਲਿਆ ਕੇ ਲਾਉਣ ਦੇ ਤੇ ਪੇਪਰ ਲਾਇਆ ਮੇਰੇ ਹਾਲੇ ਨਵੇਂ ਲਿਆ ਕੇ, ਮੱਝਾਂ ਨੂੰ ਪੂਰੀ ਨਹੀਂ ਆਉਂਦੀ, ਕਤੀੜ ਬੰਨਿਆ ਵਾ, ਆ ਪਾ ਦੇ ਸੰਗਲੀ ਮੇਰੇ ਹਾਲੇ ਕਤੀੜ ਦੇ, ਮਰ ਜਾ ਵੀਰਾ, ਕਤੀੜ ਕਿੱਥੋਂ ਲਿਆਂਦਾ ਮੇਰੇ ਹਾਲੇ। ਚੱਲ ਤੂੰ ਕੀ ਲੈਣਾ, ਕਬਾੜ ਖੜਾ ਹੀ ਗਲ ਜਾਣਾ ਇਹ। ਨਾ ਨਾ, ਇੱਕ ਰੁਪਇਆ ਇਕੱਠਾ ਕਰਕੇ ਜੋੜੀਏ, ਮੈਂ ਇਹ ਕਬਾੜ ਦੱਸ ਦਾ ਤੈਨੂੰ, 20,000 ਦੇ ਦਈਏ ਤੈਨੂੰ। ਨਹੀਂ ਨਹੀਂ ਬਾਬੂ, ਉਹ 20 ਲੈਣਾ ਬਾਬੂ, ਚੱਲ ਨਾਲੇ ਤਾਂ ਆਪ ਹੀ 10 ਪਾ ਦਿੰਦੇ ਆ, ਹੁਣ ਆਪ ਹੀ ਘਰੋਂ ਕੱਢੀ ਜਾਂਦੇ। ਓਏ ਆ ਜਾ ਮੁੰਡਿਆ, ਤੈਨੂੰ 27 ਦਿੰਦਾ, ਓਏ ਆ ਜਾ, ਓਏ ਆ ਜਾ, ਡਾਕਟਰ ਨੂੰ ਲਾ, ਤੂੰ ਵੀ ਵਗ ਜਾ ਕਿਤੇ ਹੋਰ ਨਾ, ਮੈਂ ਤਾਂ ਲੈ ਲਈ ਜਾ ਭਾਈ। ਹੁਣ ਕੀ ਕਰੀਏ ਅਸੀਂ, ਹੁਣ ਦਰਖਤਾਂ ਨੂੰ ਲੱਗਦਾ ਪੈਸੇ ਮੇਰੇ ਸਾਲੇ ਦੇ ਆਯੋ ਮੇਰਾ ਮਾਲਕ, ਮੈਂ ਤਾਂ ਬੜੇ 2-3 ਰੁਪਈਏ ਦਾ ਵਿਆਜ ਲਾ ਕੇ ਪੈਸੇ ਇਕੱਠੇ ਕੀਤੇ ਆ, ਮੇਰੇ ਹਾਲੇ ਤਾਂ ਹੁਣੀ ਗੱਡੀਆਂ ਵੇਚਣ ਲੱਗ ਗਏ, ਕਹਾਂ ਇਹਨਾਂ ਦਾ ਕੀ ਬਣੂ, ਇਹ ਸਭ ਵੇਚ ਦੇਣਗੇ, ਇਹ ਸਾਲਾ ਮੈਂ ਤਾਂ ਬਜ਼ਾਰੀ ਨੂੰ ਲੰਘ ਮੇਰੇ ਰੁਪਈਏ ਇਕੱਠੇ ਕਰ ਦਿਆਂਗੇ। ਬੜਾ ਮੇਰੇ ਹਾਲੇ ਔਖਾ ਕੀਤਾ ਇਹਨਾਂ ਨੇ। ਹੋਰ ਜੀ ਬਾਬਾ ਕੀ ਹਾਲ ਆ, ਤਕੜਾ ਤਕੜਾ ਭਾਈ ਸ਼ੇਰਾ, ਕਿਵੇਂ ਆਇਆ ਜੀ? ਬਸ ਬਾਬਾ, ਤੁਹਾਡੇ ਪੈਸੇ ਵਾਪਸ ਕਰਨ ਆਇਆ ਸੀ ਮੈਂ, ਜਿਹੜੇ 15 ਪਹਿਲਾਂ ਲੈ ਕੇ ਗਿਆ ਸੀ। ਚੱਲ ਸੁਣ ਭਾਈ, 3 ਮਹੀਨੇ ਦੀ ਗੱਲ ਹੋਈ ਸੀ ਆਪਣੀ, ਆਪਾਂ 3 ਮਹੀਨੇ ਦਾ ਵਿਆਜ ਲੈਣਾ। ਬਾਬਾ ਗੱਲ ਇਹ ਆ ਨਾ, ਮੈਂ ਸਰ ਗਿਆ ਸੀ, ਮੇਰਾ ਕਰਜ਼ ਵਧੀਆ ਸਰ ਗਈ, ਤੇ ਸਰ ਗਈ ਗੱਲ 3 ਮਹੀਨੇ ਦੀ ਹੋਈ ਆ ਮੇਰੇ ਬੰਨੇ। ਤੂੰ ਵਿਆਜ ਹੁਣ ਪੂਰਾ ਦੇ ਜਾ, ਰਕਮ ਹੁਣ ਦੇ ਜਾ ਮੇਰੇ ਬੰਨੇ, 3 ਮਹੀਨੇ ਦੇ, ਮੈਂ 3 ਮਹੀਨੇ ਦਾ ਵਿਆਜ ਲੈਣਾ ਭਾਈ, ਗੱਲ ਇਹ ਹੋਈ ਸੀ ਆਪਣੀ। ਬਾਬਾ ਦੇਖ ਲੈ ਯਾਰ, ਗਰੀਬ ਬੰਦੇ ਆ, ਹੁਣ ਤੂੰ ਐਂ ਨਾ ਕਰਿਆ ਕਰ, ਤੂੰ ਇਹਦੇ ਵਿੱਚ ਕਰ। ਹੁਣ ਅਸੀਂ ਦੱਸ ਕੀ ਕਰੀਏ, ਕਦੇ ਲੈ ਗਿਆ ਕਦੇ ਦੇ ਗਿਆ, ਹੁਣ ਮੈਂ ਤਾਂ ਹਿਸਾਬ ਕਿਤਾਬ ਰੱਖਣਾ ਹੀ ਆ, ਦੇਖਣਾ ਹੀ ਆ। 3 ਮਹੀਨੇ ਤੇਰੇ ਨਾਲ ਗੱਲ ਹੋਈ ਆ, ਤੂੰ ਪੈਸਾ ਵਿਆਜ ਦੇ ਜਾ, ਮੈਂ ਤੈਨੂੰ ਹੁਣ ਵੀ ਕਹਿੰਦਾ ਵਿਆਜ ਪੂਰਾ ਦੇ ਜਾ। ਕੋਈ ਗੱਲ ਨਹੀਂ ਬਾਬਾ, ਇੰਨਾ ਕੁ ਤਾਂ ਤੂੰ ਕਰ ਲਾ। ਨਾ ਇਹ ਨਹੀਂ ਭਾਈ, ਇਹ ਤਾਂ ਮੈਂ ਤਾਂ 3 ਮਹੀਨੇ ਨੂੰ ਦੇਈ ਜਾ, ਮੈਨੂੰ ਵਿਆਜ ਹੁਣ ਦੇ ਜਾ, ਫੁੱਲ ਹੁਣ ਦੇ, ਪੈਸੇ ਦੇ ਜਾ, ਰਕਮ ਦੇ ਜਾ, ਚਾਹੇ 3 ਮਹੀਨਿਆਂ ਦੇ ਜੀ। ਮੈਂ ਬਾਬਾ ਗਰੀਬ ਬੰਦੇ ਦਾ ਦੇਖਿਆ ਕਰ, ਤੂੰ ਨਾ ਨਾ, ਗਰੀਬ ਬੰਦੇ ਦੀ ਬਰਾਦ ਜਵਾਕ ਭੁੱਖੇ ਮਾਰਦੀ ਏ, ਰੱਬ ਦਾ ਦੇਖਦਾਗਾ ਮੰਡੀ। ਸਾਡੋ ਪਰਾਂ ਦਾ ਖਾ ਕੇ ਹੱਗਣਾ ਹੀ ਆ, ਚਟਨੀ ਰਗੜ ਕੇ ਖਾ ਲੈਣਗੇ ਮੇਰੇ ਸਾਲੇ। ਇਵੇਂ ਯਾਰ ਤੁਰੇ ਫਿਰਦੇ ਰਹਿੰਦੇ ਆ। ਹਾਂ ਵੀ ਸੇਰਾ, ਕਿਵੇਂ ਆ? ਬਹੁਤ ਵਧੀਆ ਜੀ। ਸਿਲੰਡਰ ਜਿਹਾ ਪੁਰਾਣੇ ਕਿੰਨੇ ਦਾ ਸਿਲੰਡਰ? 850 ਦਾ। 850 ਦਾ ਯਾਰ, ਬਾਹਲੀ ਮਹਿੰਗਾ ਲਈ ਜਾਣਾ ਪਤੰਦਰਾ। ਸਬਸਿਡੀ ਮੁੜਿਆ ਉਹਦੇਰੀ? ਉਹ ਕਿਹੜੀ ਸਬਸਿਡੀ, ਜਦੋਂ ਸਬਸਿਡੀ ਆ ਉਹ ਦੇਖ ਜਾਊ ਭਰਾਲਾ, ਕੋਈ ਨਾ ਬਾਥੀਆਂ ਬੋਥੀਆਂ ਨਾਲ ਸਾਰ ਲੈਣਗੇ, ਰਹਿਣ ਦੇ ਖੜੇ ਪੈਰ 850 ਮਾਰੂਗਾ। ਭਾਈ ਦਸਾਂ ਦੇ ਕੋਲ ਗੱਪੇ ਖਾਣ ਬੋਲੋ ਪੇ। ਹੋਰ ਪੁੱਤ ਠੀਕ ਆ? ਠੀਕ ਆ।
ਤੈਨੂੰ ਵੀ ਨੀ ਦਿੱਤੇ 10 ਰੁਪਏ ਗੋਲਗੱਪੇ ਖਾਈਏ ਨੇ। ਹਾਏ ਬਾਪੂ ਮਾਰੀ ਨਾ। ਕੀ ਹੋ ਗਿਆ ਬਾਬਾ? ਨਹੀਂ ਗੋਲਗੱਪੇ ਖਾਈਏ ਨਾ, 10 ਰੁਪਏ ਕਿੱਥੋਂ ਲੈ ਗਿਆ ਤੂੰ? ਓ ਫਿਰ ਕੀ ਹੋ ਗਿਆ? ਪੱਕਾ ਗਾਹਕ ਆ ਮੇਰਾ। ਤੇਰਾ ਹੱਥ ਹੋਈ ਪਿਆ, ਤੂੰ ਤਾਂ ਪੈਸੇ ਸਾਡੇ ਜਵਾਬ ਖਰਾਬ ਕਰੀ ਜਾਂਦਾ। ਤੂੰ ਕਮਾਲ ਆ, ਇਹੋ ਜਿਹੇ ਬੰਦੇ ਵੀ ਦੇਖਿਆ, ਜਵਾਬ ਤੇਰੀ ਆ। ਵਾਹ ਰੱਬਾ ਤੇਰੇ, ਕਿਹੋ ਜਿਹੇ ਬੰਦੇ ਬਣਾਇਆ ਤੂੰ। ਜਵਾਬ ਨੂੰ 10 ਰੁਪਏ ਨੇ ਗੋਲਗੱਪੇ ਨੀ ਖਵਾ ਸਕਦੇ ਯਾਰ। ਹੈਂ, ਰੱਬ ਤਾਂ ਨਾਲ ਦਿੱਤਾ ਹੋਇਆ ਇਹਨਾਂ ਕੋਲ ਨਾ ਸਾਰਾ ਕੁਛ ਹੁੰਦਾ ਗਾ। ਪਰਮਾਤਮਾ ਭਲੀ ਕਰੀ ਇਹਨਾਂ ਤੂੰ ਯਾਰ। ਓਏ ਪਾਣੀ ਲਿਆ ਦਿਓ, ਸਾਰੀ ਉਮਰ ਲੋਕਾਂ ਨਾਲ ਠੱਗੀਆਂ ਮਾਰੀਆਂ, ਹੁਣ ਕੋਈ ਪਾਣੀ ਨਹੀਂ ਪੋਦਾ। ਬਸ ਬਸ ਕਰਦਾ ਜੀ ਤੁਹਾਡਾ ਇਲਾਜ, ਆਪਾਂ ਚਿੰਤਾ ਨਾ ਕਰੋ ਜੀ, ਤੁਸੀਂ ਥੋੜਾ ਜਿਹਾ ਹੌਸਲਾ ਰੱਖੋ ਜੀ। ਟੀਕਾ ਜਿਹਾ ਵਧੀਆ ਲਾ ਦੋ ਜੀ। ਹਾਂਜੀ ਹਾਂਜੀ, ਤੇ ਦਿੱਤੀ ਜੀ ਖਰਾਬ ਦਿੰਦੇ ਸਵੇਰ ਸ਼ਾਮ? ਠੀਕ ਆ ਜੀ, ਖੰਘ ਵਾਲੀ ਵੀ ਨਾਲ ਹੀ ਹੁੰਦੀ। ਇੱਕ ਆਪਾਂ ਜਿਹੜੇ ਇਹਨਾਂ ਦੇ ਜੀ ਬਲੱਡ ਸੈਂਪਲ ਭੇਜੇ ਸੀ ਨਾ ਪੂਨੇ, ਹਾਂਜੀ, ਉਹਨਾਂ ਦੇ ਵਿੱਚ ਇਹਨਾਂ ਨੂੰ ਜੀ ਪੋਜ਼ਿਟਿਵ ਆ ਗਈ ਹੈ ਜੀ ਬਿਮਾਰੀ ਥੋੜ੍ਹੀ ਜੀ। ਅੱਛਾ ਜੀ, ਅਤੇ ਉਹ ਜ਼ਿਆਦਾ ਖਤਰਾ ਜੀ ਉਹਦੇ ਵਿੱਚ ਹੁਣ ਇਹਨਾਂ ਨੂੰ। ਕਾਹਦਾ ਖਤਰਾ ਜੀ? ਇਹਨਾਂ ਨੂੰ ਜਾਣ ਦਾ ਹੀ ਖਤਰਾ ਜੀ ਪੂਰਾ ਜੀ। ਠੀਕ ਹੈ ਜੀ, ਹਾਂਜੀ, ਅਤੇ ਉਹਦੇ ਵਾਸਤੇ ਜੀ ਆਪਾਂ ਨੂੰ ਹੁਣ ਆਪਰੇਸ਼ਨ ਕਰਨਾ ਪਊ ਜੀ ਇਹਨਾਂ ਦਾ। ਉੱਥੇ ਕਰਨਗੇ ਜੀ? ਇੱਥੇ ਤੁਸੀਂ ਕਰ ਦਿਓ। ਨਹੀਂ ਜੀ ਨਹੀਂ ਜੀ, ਇਹ ਤਾਂ ਜੀ ਵੱਡੇ ਹਸਪਤਾਲ 'ਚ ਹੋਊਗਾ ਜੀ, ਅਤੇ ਉਹਦਾ 2-2.5 ਲੱਖ ਰੁਪਇਆ ਖਰਚਾ ਆਊਗਾ ਜੀ। ਕਿਵੇਂ? 2-2.5 ਲੱਖ ਰੁਪਇਆ ਖਰਚਾ ਆਊਗਾ ਜੀ ਆਪਰੇਸ਼ਨ ਦਾ। ਇੰਨੇ ਲਾ ਕੇ ਕੀ ਕਰਨਾ ਜੀ? ਆਪਾਂ ਜਾਨ ਬਚਾਉਣੀ ਨਾ ਜੀ। ਜਾਣ ਦਾ ਹੀ ਗੁਆ ਨਹੀਂ, ਵੱਧ ਤੋਂ ਵੱਧ 2-2.5 ਮਹੀਨੇ ਹੋਰ ਕੱਟ ਲੂਗਾ ਜੀ। ਇੱਥੇ ਕੋਈ ਚੰਗੀ ਦਵਾਈ ਦਵੂਈ ਦੇ ਦਿਓ ਜੀ, ਇੱਥੇ ਸੇਵਾ ਸੁਵਾ ਕਰ ਲੈਂਦੇ ਜੀ। ਤੁਹਾਡੀ ਮਾੜੀ ਕਰਦਾ ਚਲੋ, ਅਤੇ ਬਾਕੀ ਇਹ ਖੁਰਾਕ ਆ ਜੀ ਇਹ 2-3 ਮਾੜੀ ਤਾਂ ਆਇਆ ਜੀ, 2-2 ਲੱਖ ਰੁਪਇਆ ਦੇ ਭੋਗ 'ਤੇ ਆ ਜੂਗਾ ਜੀ, ਉੱਥੇ ਲਾ ਦੇਣਗੇ ਜੀ ਉਹੀ। ਚਲੋ ਬਾਕੀ ਤੁਸੀਂ ਮੈਨੂੰ ਦੱਸ ਦਿਓ ਜੀ ਕਿਵੇਂ ਕਰਨਾ ਹੋਇਆ, ਮੈਨੂੰ ਇੱਕ ਵਾਰੀ ਸ਼ਾਮੀ ਫੋਨ ਜ਼ਰੂਰ ਕਰ ਲਿਓ ਜੀ। ਨਾ ਗੁਆ ਨਹੀਂ, ਉਹ ਤਾਂ ਕਰ ਲਾਂਗੇ। ਅਤੇ ਬਾਕੀ ਇਹਨਾਂ ਨੂੰ ਵਧੀਆ ਖਾਣ ਪੀਣ ਨੂੰ ਦਿਓ ਜੀ, ਵਧੀਆ ਜੀ, ਘਿਓ ਘਿਓ ਦਿੰਦੇ ਜੀ ਵਧੀਆ। ਨਹੀਂ ਲੱਗ ਨਹੀਂ ਰਿਹਾ ਜੀ ਬਜ਼ੁਰਗ ਦਾ, ਲੱਗਦਾ ਜੀ ਹੁਣ ਬਿਮਾਰੀ ਹੈ ਜੀ। ਚਲੋ ਠੀਕ ਹੈ ਜੀ, ਠੀਕ ਹੈ ਜੀ, ਦੱਸ ਦਿਓ ਜੀ। ਲੈ ਬੜਿਆ ਦਵਾਈ, ਆ ਡਾਕਟਰ ਦੇਖ ਲਾ, ਤੇਰੇ ਲਾ ਤੇ 2.5 ਲੱਖ ਰੁਪਇਆ ਕਹਿ ਗਿਆ, ਜੇ 2-2.5 ਮਹੀਨਿਆਂ ਤੱਕ ਮਾਰੇ ਗਿਆ 2.5 ਲੱਖ ਰੁਪਇਆ ਫੇਰ ਲਾਉਣਾ ਪਊ ਤੇਰੇ ਤੇ। ਮੈਂ ਕਿਹਦੇ ਵਾਸਤੇ ਜੋੜੇ ਸੀ? ਜੋੜਦਾ ਕਹੋ ਨਹੀਂ, ਮਾਂ ਪਿਓ ਹਰ ਇੱਕ ਦੇ ਜੋੜਦਾ ਹੁੰਦਾ, ਮਰ ਜਾ ਹੁਣ ਤਾਂ, ਹੁਣ ਤਾਂ ਸਾਡਾ ਖੜਾ ਛੱਡ ਦੇ, 2-2.5 ਮਹੀਨੇ ਹੋ ਗਏ ਲੰਕਦੇ ਨੂੰ। ਆ ਦਵਾਈ ਪਈ ਆ ਬੁੜਿਆ ਡਾਫਲੀ, ਵਾਰ ਵਾਰ ਮੈਂ ਤੋਂ ਕੰਮ ਨਹੀਂ ਛੱਡਿਆ ਜਾਂਦਾ। ਸੋਨਾ ਤੇ ਸਵਾਵੇ ਖਰੀਦ ਲੈ ਜੇ ਮੁੱਲ ਇੱਕ ਮਿਲ ਜਾਵੇ ਸਾਵੇ, ਹੋਏ ਕੁੱਪਾ ਤੇਰੇ ਸੋਨਾ ਤੇ ਸਵਾਵੇ ਖਰੀਦ ਲੈ ਜੇ ਮੁੱਲ ਇੱਕ ਮਿਲ ਜਾਵੇ ਸਾਵੇ, ਮਿੱਟੀ ਤੇਰਾ ਮੂਲ ਤੇ ਵਿਆਜ ਹੋ ਗਿਆ, ਤੇਰੀ ਜਾਨ ਨਾਲੋਂ ਮਹਿੰਗਾ ਵੇ ਇਲਾਜ ਹੋ ਗਿਆ, ਤੇਰੀ ਜਾਨ ਨਾਲੋਂ ਮਹਿੰਗਾ ਵੇ ਇਲਾਜ ਹੋ ਗਿਆ ਏ। ਜੂਸੀਆਂ ਨਾ ਕੀਤੀਆਂ ਕਮਾਈਆਂ ਕੰਮ ਆਈਆਂ ਨਾ, ਸਾਂਭਿਆ ਨਾ ਤੈਨੂੰ ਸਕੇ ਪੁੱਤਰਾਂ ਤੇ ਭਾਈਆਂ ਨਾ, ਟੱਬਰ ਜਾਨ ਤੋਂ ਪਿਆਰਾ ਵੇ ਲਿਹਾਜ ਹੋ ਗਿਆ, ਤੇਰੀ ਜਾਨ ਨਾਲੋਂ ਮਹਿੰਗਾ ਵੇ ਇਲਾਜ ਹੋ ਗਿਆ, ਤੇਰੀ ਜਾਨ ਨਾਲੋਂ ਮਹਿੰਗਾ ਵੇ ਇਲਾਜ ਹੋ ਗਿਆ, ਸਮਾਂ ਬੀਤਿਆ ਤੇ ਪੁੱਤਰਾਂ ਦਾ ਰਾਜ ਹੋ ਗਿਆ,
तेरी जान नालों महंगा वे इलाज हो गया है। तेरी जान नालों महंगा वे इलाज हो गया है।